ਨਾਬਾਲਗ ਬੱਚੇ ਦੀ ਕੁਰਬਾਨੀ ਦਾ ਮਸਲਾ ਕੀ ਹੈ ਕਿ ਨਾਬਾਲਗ ਬੱਚਾ ਕੁਰਬਾਨੀ ਕਰ ਸਕਦਾ ਜਾਂ ਨਹੀਂ ਕਰ ਸਕਦਾ? ਕਈ ਵਾਰੀ ਬੰਦਾ ਸਾਹਿਬ ਇਸਤਤਾਤ ਹੁੰਦਾ, ਸਾਹਿਬ ਨਿਸਾਬ ਹੁੰਦਾ, ਉਹ ਕਹਿੰਦਾ ਯਾਰ ਮੈਂ ਵੱਡਾ ਜਾਨਵਰ ਲੈ ਆਉਣਾ, ਆਪਣੇ ਬੱਚਿਆਂ ਦੀ ਵੀ ਕੁਰਬਾਨੀ ਕਰ ਦੇਣਾ, ਆਪਣੀਆਂ ਧੀਆਂ ਦੇ ਨਾਂ ਦੀ ਵੀ ਕੁਰਬਾਨੀ ਕਰ ਦੇਣਾ। ਪਹਿਲਾ ਮਸਲਾ ਇਹ ਸੁਣ ਲਓ ਕਿ ਇਸਲਾਮ ਅਤੇ ਸ਼ਰੀਅਤ ਨੇ ਨਾਬਾਲਗ ਬੱਚੇ 'ਤੇ ਕੁਰਬਾਨੀ ਵਾਜਬ ਕੋਈ ਨਹੀਂ। ਜਿਹੜਾ ਨਾਬਾਲਗ ਬੱਚਾ ਹੈ ਨਾ, ਮਸਲਾਂ 6 ਸਾਲ ਹੈ, 7 ਸਾਲ ਹੈ, 8 ਸਾਲ ਹੈ, 9 ਸਾਲ ਹੈ, ਜਿੰਨਾ ਤੱਕ ਉਹ ਬਲੂਗਤ 'ਤੇ ਪਹੁੰਚਿਆ ਨਹੀਂ, ਨਾਬਾਲਗ ਬੱਚੇ 'ਤੇ ਕੁਰਬਾਨੀ ਵਾਜਬ, ਨਾਬਾਲਗ ਬੱਚੇ 'ਤੇ ਕੁਰਬਾਨੀ ਜ਼ਰੂਰੀ ਨਹੀਂ। ਅਗਰ ਵਾਰਸ ਘਰ ਦਾ ਸਰਬਰਾਹ ਬਾਪ ਹੈ, ਦਾਦਾ ਹੈ, ਨਾਨਾ ਹੈ, ਕੋਈ ਵੀ ਵਾਰਸ ਹੈ ਘਰ ਦਾ, ਉਹ ਕਹਿੰਦਾ ਯਾਰ ਮੇਰਾ ਬੱਚਾ ਚਲੋ ਨਾਬਾਲਗ ਹੀ ਹੈ, ਮੈਂ ਇਹਨਾਂ ਦੇ ਨਾਂ ਦੀ ਕੁਰਬਾਨੀ ਕਰ ਛੱਡਣਾ, ਉਹ ਕੁਰਬਾਨੀ ਹੋ ਜਾਏਗੀ, ਉਹਦਾ ਸਵਾਬ ਉਸ ਬੱਚੇ ਨੂੰ ਮਿਲੇਗਾ, ਉਹਦਾ ਸਵਾਬ ਉਸ ਬਾਪ ਨੂੰ ਮਿਲੇਗਾ। ਲੇਕਿਨ ਨਾਬਾਲਗ ਬੱਚੇ ਤੋਂ ਬਜਾਏ ਆਵੇ ਕਿ ਜਿਹੜੇ ਬਾਲਗ ਨੇ, ਜਿਹੜੇ ਕੁਰਬਾਨੀ ਨਹੀਂ ਦੇ ਰਹੇ, ਉਹਨਾਂ ਦੇ ਨਾਂ ਦੀ ਕੁਰਬਾਨੀ ਕਰੋ। ਤੁਹਾਡੇ ਘਰ ਦੇ ਅੰਦਰ ਜਿਹੜਾ ਬਾਲਗ ਹੈ ਉਹਦੇ ਵੇਸੋ, ਐਸਾ ਵੀ ਤਾਂ ਹੁੰਦਾ ਨਾ ਜੀ, ਕੋਈ ਮਾੜਾ ਬੰਦਾ ਉਹ ਕੁਰਬਾਨੀ ਨਹੀਂ ਦੇ ਸਕਦਾ, ਚਾਚੇ ਦਾ ਪੁੱਤਰ ਹੈ ਜਾਂ ਚਾਚਾ ਹੈ ਜਾਂ ਸੱਕਾ ਭਰਾ ਹੈ, ਉਹਦੀ ਲੋਕ ਕੁਰਬਾਨੀ ਨਹੀਂ ਦਿੰਦੇ ਤਾਂ ਆਪਣਾ ਬੱਚਾ ਨਾਬਾਲਗ ਜਿਹਦੇ 'ਤੇ ਵਾਜਬ ਵੀ ਨਹੀਂ ਉਹਦੀ ਦੇ ਛੱਡਦੇ ਨੇ। ਹਾਲਾਂਕਿ ਹਮਦਰਦੀ ਵਾਸਤੇ ਅਗਰ ਉਹਦੇ ਕੋਲ ਪੈਸੇ ਨਹੀਂ, ਦੌਲਤ ਨਹੀਂ, ਮਾਲ ਜ਼ਰ ਨਹੀਂ, ਤਾਂ ਤੁਸੀਂ ਕੀ ਕਰਨਾ ਕਿ ਪਹਿਲੇ ਉਸ ਗਰੀਬ ਜਿਹੜਾ ਨਾਬਾਲਗ ਬਾਲਗ ਹੈ, ਗਰੀਬ ਹੈ, ਉਹਦੇ ਨਾਂ ਦੀ ਕੁਰਬਾਨੀ ਕਰੋ। ਅਗਰ ਜ਼ਿਆਦਾ ਵੇ ਕੋਈ ਐਸਾ ਨਹੀਂ ਬਾਲਗ ਜੀ ਦੇ ਨਾਂ ਦੀ ਕੁਰਬਾਨੀ ਨਹੀਂ, ਤਾਂ ਫਿਰ ਤੁਸੀਂ ਬੱਚਿਆਂ ਦੇ ਨਾਂ ਦੀ ਵੀ ਕਰ ਸਕਦੇ ਹੋ, ਬੇਟੀਆਂ ਦੇ ਨਾਂ ਦੀ ਵੀ ਕਰ ਸਕਦੇ ਹੋ, ਔਰ ਤੁਸੀਂ ਇਹਦੇ ਵਿੱਚ ਹਕੀਕਾ ਵੀ ਕਰ ਸਕਦੇ ਹੋ। ਕੁਰਬਾਨੀ ਦੇ ਜਾਨਵਰ ਵਿੱਚ ਹਕੀਕਾ ਕਰਨਾ ਵੀ ਜਾਇਜ਼ ਹੈ, ਸਮਝ ਆ ਰਹੀ ਹੈ? ਕੁਰਬਾਨੀ ਦੇ ਜਾਨਵਰ ਵਿੱਚ ਹਕੀਕਾ ਕਰਨਾ ਵੀ ਜਾਇਜ਼ ਹੈ, ਤੁਸੀਂ ਹਕੀਕਾ ਕਰ ਸਕਦੇ ਹੋ, ਬੇਟੇ ਦਾ ਵੀ ਕਰ ਸਕਦੇ ਹੋ ਅਤੇ ਬੇਟੀ ਦਾ ਵੀ ਕਰ ਸਕਦੇ ਹੋ।